Yes. Tali baar kare Dhruv. ਹਸਦਿਆਂ ਨੂੰ ਹਸਾਉਂਦੇ ਰਹੀਏ, ਰੋਂਦਿਆਂ ਨੂੰ ਚੁੱਪ ਕਰਾਉਂਦੇ ਰਹੀਏ। ਹਸਦਿਆਂ ਨੂੰ ਹਸਾਉਂਦੇ ਰਹੀਏ, ਰੋਂਦਿਆਂ ਨੂੰ ਚੁੱਪ ਕਰਾਉਂਦੇ ਰਹੀਏ। ਪਿਆਰ ਦਾ ਮੋਲ ਹਮੇਸ਼ਾ ਪਾਈਏ, ਇਹੋ ਗੱਲ ਦਿਲ ਚ ਬਿਠਾਈਏ। ਪਿਆਰ ਦਾ ਮੁੱਲ ਹਮੇਸ਼ਾ ਪਾਈਏ, ਇਹੋ ਗੱਲ ਦਿਲ ਚ ਬਿਠਾਈਏ। ਅਡਵਾਲਾ ਜੱਗ ਤੋਂ ਕੀ ਲੈ ਜਾਣਾ, ਮੰਨ ਲਾ ਤੂੰ ਰੱਬ ਦਾ ਪਾਣਾ। ਹਰ ਵੇਲੇ ਇੱਕ ਅਡੀਕ ਮੈਨੂੰ ਇੱਕ ਅੱਛਾ ਜਿਹਾ ਯਾਰ ਹੋਵੇ, ਸਲੋਹ ਵਿੱਚ ਰਹਿੰਦਾ ਹੋਵੇ। ਹਾਂਜੀ, ਸਲੋਹ ਵਿੱਚ ਰਹਿੰਦਾ ਹੋਵੇ। ਕਰਦਾ ਹੋ ਸਭ ਨਾਲ ਪਿਆਰ ਹੋਵੇ, ਹਾਂਜੀ, ਔਰ ਉਸਦਾ ਹੀ ਸਭ ਨੂੰ ਇੰਤਜ਼ਾਰ ਹੋਵੇ। ਮੇਰੀ ਮਰਾਦ, ਪਰ ਉਸ ਤੋਂ ਪਹਿਲਾਂ ਡੀਜੇ ਵੇਖਾ। ਥੈਂਕ ਯੂ ਵੈਰੀ ਮੱਚ ਸਾਡੇ ਅਟਵਾਲ ਭਾਅ ਜੀ ਅਤੇ ਸਾਡੇ ਸੁਰਜੀਤ ਜੀ, ਜਿਨ੍ਹਾਂ ਨੇ ਬਹੁਤ ਖੂਬਸੂਰਤ ਪ੍ਰੋਗਰਾਮ ਲਿਖਿਆ। ਔਰ ਮੇਰਾ ਖਿਆਲ ਦੇ ਮੁਤਾਬਕ ਮੈਂ ਉਹਨਾਂ ਲਾਈਨਾਂ ਦੇ ਕਾਬਲ ਨਹੀਂ ਹਾਂ ਜਿਹੜੀਆਂ ਲਾਈਨਾਂ ਮੇਰੇ ਵਾਸਤੇ ਬੋਲ ਕੇ ਗਏ ਨੇ। ਅਤੇ ਦੂਜੀ ਗੱਲ ਇਹ ਹੈ ਕਿ ਅੱਜ ਮੈਂ ਉਹਨਾਂ ਦੇ ਨਾਲ ਹੋਸਟ ਕਰਨ ਜਾ ਰਿਹਾ। ਜੇ ਆਪਾਂ ਕਹੀਏ ਸੂਰਜ ਦੇ ਸਾਹਮਣੇ ਕੋਈ ਦੀਵਾ ਜਗਾ ਲਈਏ, ਉਹ ਹਾਲਤ ਮੇਰੀ ਆ। ਮੇਰੇ ਨਾਲ ਨੇ ਸਾਡੇ ਰੂਪ ਦਵਿੰਦਰ ਕੌਰ ਜੀ, ਸਭ ਤੋਂ ਪਹਿਲਾਂ ਉਹਨਾਂ ਦੇ ਨਾਮ ਦੇ ਉੱਤੇ ਤਾੜੀਆਂ ਮਾਰੋ। ਇਹ ਤਾਂ ਨਹੀਂ, ਜ਼ਰਾ ਜ਼ੋਰ ਦੇਣੀ। ਕਹਿੰਦੇ ਨੇ ਉਹ ਮਹਿਫਲ ਹੀ ਕਿਹਾ ਜਿੱਥੇ ਸਾਲੀ ਨਾ ਹੋਵੇ, ਅਤੇ ਉਹ ਨਹੀਂ, ਮੈਂ ਭੁੱਲ ਗਿਆ, ਮੇਰਾ ਖਿਆਲ ਉਹ ਸ਼ਾਦੀ ਹੀ ਕਿਹਾ ਜਿੱਥੇ ਸਾਲੀ ਨਾ ਹੋਵੇ, ਤੇ ਉਹ ਮਹਿਫਲ ਹੀ ਕਿਹਾ ਜਿੱਥੇ ਤਾੜੀ ਨਾ ਹੋਵੇ। ਤਾੜੀਆਂ ਦੇ ਨਾਲ ਜ਼ਰੂਰ ਸਵਾਗਤ ਕਰਦੇ। ਇਹਦੇ ਨਾਲ ਆਰਟਿਸਟ ਨੂੰ ਬੜਾ ਹੌਸਲਾ ਮਿਲਦਾ, ਤੇ ਜਦੋਂ ਫਿਰ ਹੌਸਲਾ ਮਿਲ ਜਾਏ ਫਿਰ ਤੁਹਾਨੂੰ ਪਤਾ ਚੱਲ ਸੋ ਚੱਲ। ਗੱਲ ਮੈਂ ਅੱਜ ਕਰਨ ਲੱਗਾ ਸੀਗਾ, B4U ਵਾਲੇ ਆਏ ਹੋਏ ਨੇ ਅੱਜ ਸਾਡੇ ਨਾਲ। ਮੈਨੂੰ ਕਹਿੰਦੇ ਕੋਈ ਉਹ ਇਨਸਾਨ ਬਣਾਓ, ਉਹ ਸਾਨੂੰ ਸੱਜਣ ਬਣਾਓ ਜਿਹੜਾ ਕੋਈ ਅੰਗਰੇਜ਼ੀ ਬੋਲਦਾ ਹੋਵੇ, ਉਹਨਾਂ ਅਸੀਂ ਇੰਗਲਿਸ਼ ਦੇ ਵਿੱਚ ਇੰਟਰਵਿਊ ਕਰੀਏ। ਸੋ ਮੈਂ ਕਿਹਾ 8 ਵਜੇ ਤੋਂ ਬਾਅਦ ਆਇਓ, ਸਾਰੇ ਅੰਗਰੇਜ਼ੀ ਬੋਲਣਗੇ। ਸੋ ਹੁਣ 8 ਵਜੇ ਨੇ, ਮੈਂ B4 ਜੀ ਦਾ ਬਹੁਤ ਧੰਨਵਾਦੀ ਹਾਂ ਅਤੇ ਰੂਪ ਜੀ ਦਾ ਬਹੁਤ ਧੰਨਵਾਦੀ ਹਾਂ। ਕੋਸ਼ਿਸ਼ ਕਰਾਂਗੇ ਅਸੀਂ ਅੱਜ ਤੁਹਾਡਾ ਮਨੋਰੰਜਨ ਕਰੀਏ, ਜਿੰਨੀ ਵੀ ਸਾਡੇ ਕੋਲ ਸਮਝੇ, ਜਿੰਨੀ ਵੀ ਸਾਡੇ ਕੋਲ ਸਾਡੇ ਮਤਲਬ ਮਨ ਦੇ ਵਿੱਚ ਸਾਡੇ ਦਿਲ ਦੇ ਵਿੱਚ ਬਹੁਤ ਪਿਆਰ ਆ। ਔਰ ਮੈਂ ਚਾਹੁੰਦਾ ਕਿ ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣ,
ਤਾਂ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਦੋ ਕੰਮ ਹੁੰਦੇ ਆ, ਕਹਿੰਦੇ ਨੇ ਨਾਲੇ ਪੁੰਨ ਨਾਲੇ ਫਲੀਆਂ। ਨਾਲੇ ਤਾਂ ਤੁਸੀਂ ਇੱਥੇ ਇੰਟਰਟੇਨ ਹੁੰਦੇ ਹੋ, ਨਾਲੇ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ, ਨਾਲੇ ਤੁਸੀਂ ਉਹਨਾਂ ਲੋੜਵੰਦਾਂ ਦੀ ਮਦਦ ਕਰਦੇ ਹੋ। ਸੋ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਸੁਰਜੀਤ ਅਟਵਾਲ ਤੇ ਉਹਨਾਂ ਦੇ ਨਾਲ ਦਲਜੀਤ ਅਟਵਾਲ, ਉਹਨਾਂ ਦੇ ਨਾਮ ਦੇ ਪਤਾਰੀ। ਇਸ ਤੋਂ ਇਲਾਵਾ ਅਸੀਂ ਹੁਣ ਕਹਿੰਦੇ ਹੁੰਦੇ ਰੇਡੀਓ ਵਾਲੇ ਆ ਗਏ ਆ, ਜਦੋਂ ਫਿਰ ਰੇਡੀਓ ਵਾਲੇ ਆ ਗਏ ਫਿਰ ਮਾਈਕ ਹੱਥ ਆ ਗਿਆ, ਫਿਰ ਨਹੀਂ ਹਟਦੇ। ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਜਿਸ ਤਰ੍ਹਾਂ ਤੁਹਾਡੇ ਸਹਿਯੋਗ ਦੇ ਨਾਲ ਇਹ ਸਾਰਾ ਕੁਛ ਹੋਇਆ, ਤੇ ਕਿਉਂਕਿ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੁੰਦੀ ਹੈ ਇਹ ਸੇਵਾ, ਇਹ ਦਲਜੀਤ ਤੇ ਸੁਰਜੀਤ ਦੇ ਹਿੱਸੇ ਸੇਵਾ ਆਈ ਆ, ਪਰ ਉਹ ਇਕੱਲੇ ਕੁਛ ਨਹੀਂ ਕਰ ਸਕਦੇ, ਤੁਹਾਡੇ ਸਹਿਯੋਗ ਦੇ ਨਾਲ ਹੋਇਆ। ਇੱਕ ਵਾਰੀ ਆਪਣੇ ਆਪ ਦੇ ਲਈ ਤਾੜੀਆਂ। ਔਰ ਮੈਂ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹਾਂਗੀ ਜਿਹੜੇ ਸਾਡੇ ਸਪੌਂਸਰਸ ਨੇ, ਉਹਨਾਂ ਦਾ ਅਸੀਂ ਵਾਰੀ ਵਾਰੀ ਸਾਰਿਆਂ ਦਾ ਨਾਂ ਲੈ ਕੇ ਵੀ ਧੰਨਵਾਦ ਕਰਨਾ, ਪਰ ਕਹਿੰਦੇ ਹੁੰਦੇ ਜਿਹੜਾ ਪਰਮਾਤਮਾ ਉਹ ਜਾਣਦਾ ਹੈ ਕਿ ਕਿਹੜੇ ਖਜ਼ਾਨੇ ਵਿੱਚੋਂ ਕਿੰਨੀ ਮਾਇਆ ਆਈ ਹੈ। ਸੋ ਇਹ ਇੱਕ ਐਸੀ ਕੈਂਸਰ ਰਿਸਰਚ ਜਿਹੜੀ ਚੀਜ਼ ਹੈ, ਇਹਦੀ ਸਾਨੂੰ ਸਾਰਿਆਂ ਨੂੰ ਲੋੜ ਹੈ, ਕਿਉਂਕਿ ਇਹ ਇੱਕ ਐਸੀ ਭਿਆਨਕ ਬਿਮਾਰੀ ਹੈ। ਮੇਰੇ ਖਿਆਲ ਦੇ ਵਿੱਚ ਕੋਈ ਐਸੀ ਫੈਮਿਲੀ ਹੋਏਗੀ, ਕੋਈ ਤੁਹਾਡੇ ਐਸੇ ਫਰੈਂਡ ਸਰਕਲ ਮੇਰੇ ਖਿਆਲ 'ਚ ਕੋਈ ਹੋਏਗਾ ਜਿਹਦੇ ਵਿੱਚ ਇਹ ਬਿਮਾਰੀ ਨਾ ਹੋਈ ਹੋਵੇ। ਸੋ ਚੰਗੇ ਭਲੇ ਲੋਕ ਹੁੰਦੇ ਆ, ਇੱਕਦਮ ਪਤਾ ਲੱਗਦਾ ਕਿ ਇਹ ਪ੍ਰੋਬਲਮ ਹੋ ਗਈ ਹੈ ਅਤੇ ਸਾਰੀ ਲਾਈਫ ਚੇਂਜ ਹੋ ਜਾਂਦੀ ਹੈ। ਸਿਰਫ ਉਸ ਇਨਸਾਨ ਦੀ ਲਾਈਫ ਨਹੀਂ ਚੇਂਜ ਹੁੰਦੀ ਜਿਸਨੂੰ ਇਹ ਬਿਮਾਰੀ ਆ ਕੇ ਪਕੜਦੀ ਹੈ, ਪਰ ਉਸ ਤੋਂ ਜ਼ਿਆਦਾ ਇਫੈਕਟ ਜਿਹੜੇ ਫੈਮਿਲੀ ਮੈਂਬਰਸ ਹੁੰਦੇ ਨੇ ਉਹਨਾਂ ਦੇ ਉੱਪਰ ਹੁੰਦਾ। ਸੋ ਕਹਿੰਦੇ ਹੁੰਦੇ ਜਿਸ ਤਨ ਲਾਗੇ ਸੋ ਤਨ ਜਾਣੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਦੇ ਵਿੱਚ ਸਾਡਾ ਸਾਥ ਦੇ ਰਹੇ ਹੋ, ਅਤੇ ਹੁਣ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਚਾਹਾਂਗੇ। ਸਭ ਤੋਂ ਪਹਿਲਾਂ ਅੱਜ ਸਾਡੇ ਦਰਮਿਆਨ ਬਹੁਤ ਹੀ ਨਵੇਂ ਉੱਭਰ ਰਹੇ ਕਲਾਕਾਰ ਜਿਨ੍ਹਾਂ ਦਾ ਨਾਮ ਅਜੇ ਸ਼ੁਰੂਆਤ ਹੋਈ ਹੈ, ਕਹਿੰਦੇ ਨੇ ਹੌਲੀ ਹੌਲੀ ਅਸੀਂ ਨਵੇਂ ਨਵੇਂ ਆਏ ਹਾਂ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ, ਉਹ ਤਰੱਕੀਆਂ ਕਰ ਰਹੇ ਨੇ। ਉਹਨਾਂ ਦੀ ਆਵਾਜ਼ ਦਾ ਜਾਦੂ ਅੱਜ ਤੁਹਾਡੇ ਮਨਾਂ ਦੇ ਵਿੱਚ ਕੰਨਾਂ ਦੇ ਵਿੱਚ ਬੋਲ ਰਿਹਾ ਹੈ। ਮੇਰੀ ਮੁਰਾਦ ਹੈ ਹੈਰੀ ਸੰਧੂ, ਹੈਰੀ ਸੰਧੂ ਨੂੰ ਇੱਕ ਵਾਰੀ ਜ਼ੋਰ oh, I don't wanna leave ya, you be my diva, she said, oh.
true that she ain't seen the one way to turn the home on the scene. Yeah, I knew she's the keeper, so let me come right in. This love get deeper. Hey, Santuri, tu bhar gayi hai jaari, tere naal saada bas na jahan. ਜਿਨ੍ਹਾਂ ਦੇ ਸਦਕੇ ਇਹ ਪ੍ਰੋਗਰਾਮ ਜਿਹੜਾ ਅੱਜ ਕਾਮਯਾਬ ਹੋਇਆ। ਆਸਥਾ ਜੂਲਰਸ,
ਸਾਡੇ ਜੰਗ ਬਹਾਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਪੋਰਟ ਦਾ ਤੇ ਸਾਡੇ ਭਾਜੀ ਸਾਡੇ ਨਾਲ ਥੋੜੀ ਨਾਰਾਜ਼ਗੀ ਕਰਦੇ ਆ ਕਹਿੰਦੇ ਵੀ ਰੂਹ ਫੋਨ ਨਹੀਂ ਕਰਦੀ ਜਸਵੀਰ ਸਿੰਘ ਘੁਮਾਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਐਸ ਵਿੰਡੋਜ਼ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਪੋਂਸਰਸ਼ਿਪ ਦੇ ਕੇ ਸਾਨੂੰ ਧੰਨਵਾਦੀ ਬਣਾਇਆ ਉਹਨਾਂ ਦੇ ਨਾਲ ਵਿਸ਼ਿਸ ਪਿੰਕ ਸਿਟੀ ਤੋਂ ਸਾਡੇ ਲਖਵਿੰਦਰ ਗਿੱਲ ਜੀ ਜੋ ਕਿ ਆਈ ਥਿੰਕ ਲਾਸਟ 20 ਈਅਰਸ ਤੋਂ ਮੈਨੂੰ ਸਪੋਰਟ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਵੀ ਇਸ ਚੰਗੇ ਕੰਮ ਦੇ ਵਿੱਚ ਦਲਜੀਤ ਅਟਵਾਲ ਜੀ ਦਾ ਤੇ ਸੁਰਜੀਤ ਅਟਵਾਲ ਜੀ ਦਾ ਸਾਥ ਦਿੱਤਾ ਤੁਹਾਡਾ ਧੰਨਵਾਦ ਅਕਸਪ੍ਰਿਚ ਕਾਰਪੇਟਸ ਤੋਂ ਕੇਵਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਹਮੇਸ਼ਾ ਦੀ ਤਰ੍ਹਾਂ ਸਾਥ ਦਿੱਤਾ ਸਾਡਾ ਸੁਪਰ ਸਟੋਰ ਤੋਂ ਗੁਰਪ੍ਰੀਤ ਸਿੰਘ ਜੀ ਥੈਂਕ ਯੂ ਵੈਰੀ ਮੱਚ ਫੋਰ ਕਮਿੰਗ ਐਂਡ ਸਪੋਰਟਿੰਗ ਵੈਰੀ ਨਾਈਸ ਆਫ ਯੂ ਥੈਂਕ ਯੂ ਵੈਰੀ ਮੱਚ ਤੇ ਸਾਡੀ ਸੋਨਮ ਸਾਨੂੰ ਨਜ਼ਰ ਨਹੀਂ ਆ ਰਹੀ ਛੋਟੀ ਜਿਹੀ ਕੁੜੀ ਹੈ ਪਰ ਉਹਦੀ ਧਮਕ ਜਿਹੜੀ ਆ ਦੂਰ ਤੱਕ ਪੈਂਦੀ ਹੈ ਅਨਲਿਮਿਟਿਡ ਲਿਟੀਗੇਸ਼ਨ ਤੇ ਅੱਛਾ ਪਹਿਲਾਂ ਭੈਣਾਂ ਨੂੰ ਪੁੱਛਦੀਆਂ ਲੇਡੀਜ਼ ਨੂੰ ਆਈ ਵਾਂਟ ਟੂ ਆਸਕ ਹਾਊ ਡੂ ਆਈ ਲੁੱਕ ਬਾਏ ਦ ਵੇ ਮਾਈ ਹੇਅਰ ਸਟਾਈਲ ਕਿੱਦਾਂ ਦਾ ਲੱਗ ਰਿਹਾ ਮਤਲਬ ਸੀਟੀ ਵੱਜਦੀ ਹੈ ਤਾਂ ਮਤਲਬ ਠੀਕ ਹੈ ਮਹਿੰਦਰ ਕੌਰ ਭਮਰਾ ਜੀ ਤੁਹਾਡਾ ਵੀ ਧੰਨਵਾਦ ਔਰ ਮੈਂ ਇਹ ਹੇਅਰ ਸਟਾਈਲ ਇਸ ਕਰਕੇ ਦਿਖਾਇਆ ਹੈ ਕਿ ਇਹ ਕੀਤਾ ਹੈ ਸਾਡੇ ਰਾਬੀਆ ਖਾਨ ਜੀ ਨੇ ਇੱਕ ਵਾਰੀ ਖੜੇ ਹੋ ਜਾਓ ਪਲੀਜ਼ ਦਿਸ ਇਜ਼ ਰਾਬੀਆ ਖਾਨ ਲੇਡੀਜ਼ ਐਂਡ ਜੈਂਟਲਮੈਨ ਐਂਡ ਸ਼ੀ ਇਜ਼ ਸਪੋਂਸਰਿੰਗ ਐਜ਼ ਵੈਲ ਬੀ ਸੀ ਬਿਊਟੀ ਜਿਹੜੀਆਂ ਸਾਡੀਆਂ ਸੋਹਣੀਆਂ ਭੈਣਾਂ ਨੇ ਜੇ ਤੁਸੀਂ ਥੋੜ੍ਹਾ ਜਿਹਾ ਹੋਰ ਸੋਹਣਾ ਬਣਨਾ ਹੈ ਤਾਂ ਇਹਨਾਂ ਨੂੰ ਮੌਕਾ ਜ਼ਰੂਰ ਦਿਓ ਸ਼ੀ ਇਜ਼ ਐਬਸੋਲਿਊਟਲੀ ਵੰਡਰਫੁੱਲ ਜਿਹੜਾ ਮੇਰੇ ਵਰਗੇ ਬੰਦੇ ਨੂੰ ਸੋਹਣਾ ਬਣਾ ਸਕਦਾ ਉਹ ਕਿਸੇ ਨੂੰ ਵੀ ਬਣਾ ਸਕਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਔਰ ਇਸ ਤੋਂ ਇਲਾਵਾ ਸਾਡੇ ਉਹਨਾਂ ਭੈਣਾਂ ਭਰਾਵਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿ ਸਪੋਂਸਰਸ਼ਿਪ ਦੇ ਬਜਾਏ ਟੇਬਲ ਖਰੀਦੇ ਕਿਉਂਕਿ ਉਹ ਸਾਡੀ ਹੈਲਪ ਕਰਨਾ ਚਾਹੁੰਦੇ ਸੀ ਬਹੁਤ ਬਹੁਤ ਧੰਨਵਾਦ ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਪ੍ਰਤਾਪ ਸਿੰਘ ਜਸਕਰਨ ਸਿੰਘ ਜੌਹਰ ਬਲਜਿੰਦਰ ਸਿੰਘ ਜੈਨਪੁਰੀਆ ਜੀ ਅਤੇ ਮੇਰੀ ਇੱਕ ਫੋਨ ਕਾਲ 'ਤੇ ਹੀ ਸਾਡਾ ਸਾਥ ਦੇਣ ਵਾਸਤੇ ਪਹੁੰਚ ਗਏ ਹੌਲੀਡੇ ਮੂਨ ਤੋਂ ਰੋਮੀ ਨਈਅਰ ਜੀ ਰੋਮੀ ਨਈਅਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਰੋਮੀ ਨਈਅਰ ਜੀ ਵੈਸੇ ਅਕਾਲ ਚੈਨਲ 'ਤੇ ਆਉਂਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਜੇ ਆਟੋਗ੍ਰਾਫ ਲੈਣਾ ਤਾਂ ਅੱਜ ਲੈ ਸਕਦੇ ਹੋ ਅਤੇ ਵੀ ਹੈਵ ਡਨ ਸਮ ਪ੍ਰੋਗਰਾਮਸ ਟੁਗੈਦਰ ਆਈ ਥਿੰਕ ਇਨ ਦਾ ਫਿਊਚਰ ਵਿਲ ਬੀ ਵਰਕਿੰਗ ਟੁਗੈਦਰ ਐਜ਼ ਵੈਲ ਸੋ ਥੈਂਕ ਯੂ ਵੈਰੀ ਮੱਚ ਅਤੇ ਸਾਡੇ ਰਘਵਿੰਦਰ ਸਿੰਘ ਸੁਲੇਸਟਰ ਸਾਹਿਬ ਜੋ ਕਿ ਸਾਲ ਕੁ ਪਹਿਲਾਂ ਸਾਡੇ ਸ਼ੋਅ ਦੇ ਵਿੱਚ ਆਏ ਸੀ ਉਹ ਅੱਜ ਇੱਥੇ ਨਹੀਂ ਹੈਗੇ ਪਰ ਉਹਨਾਂ ਦਾ ਸਟਾਫ ਉਹਨਾਂ ਦੇ ਫੈਮਿਲੀ ਮੈਂਬਰ ਇੱਥੇ ਹੈਗੇ ਨੇ ਥੈਨਾ ਜੀ ਪਲੀਜ਼ ਆਸਕ ਰਘਵਿੰਦਰ ਸਿੰਘ ਟੇਬਲ ਕਿਹੜਾ ਕਿੱਥੇ ਹੈਗਾ ਰਾਈਟ ਓਕੇ ਦੈਟਸ ਦਾ ਟੇਬਲ ਓਵਰ ਦੇਅਰ ਥੈਂਕ ਯੂ ਵੈਰੀ ਮੱਚ ਉਹਨਾਂ ਨੂੰ ਸਾਡਾ ਸੁਨੇਹਾ ਤੁਸੀਂ ਦੇ ਦਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਥੇ ਪਹੁੰਚਣ ਵਾਸਤੇ ਔਰ ਜਿਹੜੇ ਭੈਣ ਭਰਾਵਾਂ ਦੇ ਨਾਮ ਰਹਿ ਗਏ ਆ ਉਹਨਾਂ ਦੇ ਨਾਮ ਜ਼ਰੂਰ ਮੈਂਸ਼ਨ ਕਰਾਂਗੇ ਅਤੇ ਤੁਸੀਂ ਆ ਕੇ ਮੈਨੂੰ ਥੋੜ੍ਹਾ ਜਿਹਾ ਦੱਸ ਵੀ ਸਕਦੇ ਹੋ ਕਿ ਸਾਡਾ ਨਾਮ ਰਹਿ ਗਿਆ ਅਤੇ ਮੈਂ ਬੜੀ ਖੁਸ਼ੀ ਦੇ ਨਾਲ ਤੁਹਾਡਾ ਨਾਮ ਅਨਾਊਂਸ ਕਰੂੰਗੀ ਦੇਸੀ ਰੇਡੀਓ ਦੇ ਪ੍ਰੈਜੈਂਟਰ ਪਹੁੰਚੇ ਹੋਏ ਆ ਸਾਡੇ ਇੱਧਰ ਪ੍ਰਭਜੋਤ ਕੌਰ ਜੀ ਪਹੁੰਚੇ ਆ ਸਿੰਧੀ ਜੀ ਬੈਠੇ ਆ ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਮੇਰੇ ਚਾਚਾ ਸਹੁਰਾ ਜੀ ਅਤੇ ਚਾਚੀ ਸੱਸ ਜੀ ਵੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਮ 'ਤੇ ਤਾੜੀਆਂ ਸਾਡੇ ਕਮਲ ਪ੍ਰਭਾਕਰ ਜੀ ਐਂਡ ਹਿਸ ਵਾਈਫ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁਰਿੰਦਰ ਕੌਰ ਜੀ ਆਏ ਹੋਏ ਆ ਵੋਇਸ ਆਫ ਵਿਮੈਨ ਔਰ ਸਾਡੇ ਮਹਿੰਦਰ ਕੌਰ ਮਿੰਡਾ ਜੀ ਅਤੇ ਅਜੀਤ ਸਿੰਘ ਚੱਕਰ ਜੀ ਜਸ ਦੇਸੀ ਰੇਡੀਓ ਵਾਲੇ ਇੰਦਰਜੀਤ ਕੰਗ ਦੇਸੀ ਰੇਡੀਓ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅਤੇ ਹੁਣ ਪਰਮਜੀਤ ਪੰਮੀ ਜੀ ਤੁਸੀਂ ਪਿੱਛੇ ਲੁੱਕ ਗਏ ਏਸ਼ੀਅਨ ਸਟਾਰ ਵਾਲੇ ਆ ਜਾਓ ਇੱਧਰ ਰੂਬੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੇ ਅਸੀਂ ਨਾਂ ਲੈਣ ਲੱਗੀਏ ਤਾਂ ਮੇਰਾ ਖਿਆਲ ਆਪਣਾ ਸਾਰਾ ਸਮਾਂ ਨਾਵਾਂ ਦੇ ਵਿੱਚ ਗੁਜ਼ਰ ਜਾਣਾ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਆਰਟਿਸਟ ਆਏ ਹੋਏ ਉਹਨਾਂ ਨੂੰ ਵੀ ਆਪਾਂ ਰੂਬਰੂ ਕਰਾਈਏ ਔਰ ਜੇ ਆਪਾਂ ਕਹਿ ਦਈਏ ਜਿਹਨਾਂ ਜਿਹਨਾਂ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਨਾਮ ਉਹਨਾਂ ਦਾ ਉੱਪਰ ਵਾਲਾ ਖੁਦ ਜਾਣਦਾ ਚਾਹੇ ਉਹ ਵਾਹਿਗੁਰੂ ਹੋਵੇ ਚਾਹੇ ਉਹ ਭਗਵਾਨ ਹੋਵੇ ਚਾਹੇ ਉਹ ਅੱਲਾ ਮੀਆਂ ਹੋਵੇ ਚਾਹੇ ਉਹ ਰਾਮ ਰਾਮ ਹੋਵੇ ਚਾਹੇ ਉਹ ਜੀਸਸ ਕ੍ਰਾਈਸਟ ਹੋਵੇ ਸੋ ਉਹਨਾਂ ਨੂੰ ਸਪੋਂਸਰਾਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਉਹਨਾਂ ਨੂੰ ਵਾਹਿਗੁਰੂ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਉਹ ਇਸ ਨੇਕ ਕੰਮਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹਿਣ ਸੋ ਮੈਂ ਇੱਕ ਹੋਰ ਰਿਕੁਐਸਟ ਆਈ ਆ ਮੌਨਸੂਨ ਵੱਲੋਂ ਜੇ ਕਿਸੇ ਨੇ ਸਟਾਰਟ ਨਹੀਂ ਕਰਦਾ ਪਏ ਪਲੀਜ਼ ਹੁਣ ਮੌਕਾ ਆ ਨੈਕਸਟ 5 ਮਿੰਟ ਉਹ ਰਿਮੂਵ ਕਰ ਰਹੇ ਨੇ ਸਟਾਰਟਰ ਜਿਨ੍ਹਾਂ ਨੇ ਨਹੀਂ ਖਾਧਾ ਉਹ ਪਲੀਜ਼ ਖਾ ਲਓ ਜਿਹੜੇ ਸਾਡੇ ਮੁਸਲਿਮ ਭੈਣ ਭਰਾ ਅੱਜ ਆਏ ਨੇ ਤੇ ਉਹਨਾਂ ਦੇ ਰੋਜ਼ੇ ਚੱਲ ਰਹੇ ਨੇ ਪਲੀਜ਼ ਤੁਸੀਂ ਆਪਣਾ ਖਾਣਾ ਪਾ ਕੇ ਰੱਖ ਲਓ ਤੇ ਬੇਸ਼ੱਕ ਤੁਸੀਂ ਬਾਅਦ 'ਚ ਖਾ ਸਕਦੇ ਹੋ ਤੇ ਪਲੀਜ਼ ਆਪਣਾ ਖਾਣਾ ਨਾ ਮਿਸ ਕਰਿਓ ਆਈ ਥਿੰਕ ਰੋਜ਼ਾ 9 ਵਜੇ ਖੁੱਲ੍ਹਣਾ 10 ਪਾਸਟ 9
ਤੇ ਜਿਹੜੇ ਸਾਡੇ ਮੁਸਲਿਮ ਭੈਣ ਭਰਾ ਆ ਉਹ ਪਲੀਜ਼ ਆਪਣਾ ਖਾਣਾ ਜ਼ਰੂਰ ਤੁਸੀਂ ਲੈ ਕੇ ਆਪਣੇ ਟੇਬਲ ਤੇ ਰੱਖ ਲਓ ਥੈਂਕ ਯੂ ਜੀ ਥੈਂਕ ਯੂ ਜੀ ਤੇ ਹੁਣ ਆਪਾਂ ਰੂਬਰੂ ਕਰਾਈਏ ਫਿਰ ਅਗਲੇ ਆਰਟਿਸਟ ਨੂੰ ਆ ਅਗਲੇ ਆਰਟਿਸਟ ਤੋਂ ਪਹਿਲਾਂ ਅਸੀਂ ਜਿਹੜੇ ਆਰਟਿਸਟ ਪਰਫਾਰਮ ਕਰਕੇ ਗਏ ਨੇ ਉਹਨਾਂ ਨੂੰ ਟਰੋਫੀ ਦੇ ਦਈਏ ਹਾਂਜੀ ਹੈਰੀ ਹੈਰੀ ਜੀ ਆ ਜਾਓ ਜਿੱਥੇ ਵੀ ਹੈਗੇ ਤੁਸੀਂ ਵੇ ਹੈਰੀ ਕਮਾ ਤਾੜੀਆਂ ਸਵਾਗਤ ਕਰੋ ਜ਼ੋਰਦਾਰ ਤਾੜੀਆਂ ਸਾਡੇ ਸਾਡੇ ਨਵੇਂ ਆਰਟਿਸਟ ਨੇ ਉੱਭਰਦੇ ਕਲਾਕਾਰ ਨੇ ਸੋ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸੰਗੀਤ ਦੀ ਦੁਨੀਆ ਦੇ ਵਿੱਚ ਤਹਿਲਕਾ ਮਚਾਉਣਾ ਤੇ ਸਾਡੀਆਂ ਸ਼ੁਭ ਇਛਾਵਾਂ ਇਹਨਾਂ ਦੇ ਨਾਮ ਨੇ ਥੈਂਕ ਯੂ ਵੈਰੀ ਸੋ ਮਚ ਔਰ ਬਹੁਤ ਸਾਰੇ ਆਰਟਿਸਟ ਆਏ ਹੋਏ ਨੇ ਘਬਰਾਓ ਨਾ ਸਾਡੇ ਇੰਦਰ ਜੀ ਲੰਡਨ ਵਾਲੇ ਬਲਵੀਰ ਕਾਲੀਆ ਦਾ ਲੈਜੈਂਡ ਦਰਾਜ ਸਿੰਘ ਬਲਵਿੰਦਰ ਭੱਟੀ ਤੇ ਸਾਡੇ ਬਹੁਤ ਹੀ ਸਤਿਕਾਰ ਜੱਸੀ ਪ੍ਰੇਮੀ ਜੇ ਮੈਂ ਨਾਮ ਲੈਣ ਲੱਗਾ ਹੱਲੇ ਤੁਸੀਂ ਕਹਿਣਾ ਬਈ ਹੱਲੇ ਰਹਿਣ ਦਿਓ ਅਗਲੇ ਆਰਟਿਸਟ ਅੱਧੇ ਅੱਧੇ ਨਾਮ ਛੁਪਾ ਕੇ ਰੱਖ ਲਓ ਅਜੇ ਹਾਂਜੀ ਹਾਂਜੀ ਉਹ ਆਪਾਂ ਸਰਪ੍ਰਾਈਜ਼ ਰਹਿਣ ਦਿੰਦੇ ਬਿਲਕੁਲ ਤੇ ਅਗਲੇ ਆਰਟਿਸਟ ਨੂੰ ਤੁਸੀਂ ਆਵਾਜ਼ ਮਾਰ ਅਗਲਾ ਆਰਟਿਸਟ ਜਿਨ੍ਹਾਂ ਦਾ ਗਾਇਆ ਹੋਇਆ ਗੀਤ ਮੇਰਾ ਖਿਆਲ ਸ਼ਾਇਦ ਹੀ ਕੋਈ ਡੀਜੇ ਵਾਲਾ ਹੋਗਾ ਜਿਹੜਾ ਨਾਮ ਵਜਾਉਂਦਾ ਹੋਗਾ ਤੁਸੀਂ ਸੁਣਿਆ ਹੋਗਾ ਮੇਰੇ ਤੋਂ ਤੇਰੀਆਂ ਡਿਮਾਂਡਾਂ ਨਹੀਂ ਪੂਰੀਆਂ ਹੁੰਦੀਆਂ ਲੱਗਦਾ ਡਿਮਾਂਡਾਂ ਵਾਲਾ ਉਸ ਤੋਂ ਬਾਅਦ ਉਹਨਾਂ ਨੇ ਨਵਾਂ ਗੀਤ ਕੱਢਿਆ ਟੈਟੂ ਵਾਲਾ ਸੋ ਮੈਂ ਕਹਿੰਦਾ ਮੈਂ ਦੋਨੇ ਗੀਤਾਂ ਦਾ ਬੇਸ਼ੱਕ ਥੋੜਾ ਥੋੜਾ ਜਿਹਾ ਸੁਣਾਉਣ ਕਮ ਔਨ ਪੁੱਟ ਯੂਰ ਹੈਂਡਸ ਕਰ ਟੁਗੇਦਰ ਫੋਰ ਬੱਬੂ ਚੰਦਨ ਬੱਬੂ ਚੰਦਨ ਹਾਂਜੀ ਮੈਂ ਕਹਿੰਦਾ ਹੁਣ ਚੰਦਨਾ ਨੇ ਮੇਰੇ ਤੇ ਨੂੰ ਵੱਡਿਆ ਗਦਾਸਿਆਂ ਦੇ ਨਾਲ ਔਰ ਮੈਨੂੰ ਯਾਦ ਹੈ ਆਪੇ ਇਹਨਾਂ ਦੀ ਆਵਾਜ਼ ਦੇ ਵਿੱਚ ਇੱਕ ਵਾਰੀ ਇਹਨੀ ਮਾਨਕ ਦੀ ਇੱਕ ਕਲੀ ਸੁਣਾਈ ਸੀ ਬੇਸ਼ੱਕ ਚੰਦ ਲਾਈਨਾਂ ਸੀਗੀਆਂ ਮੇਰੀ ਫਰਮਾਇਸ਼ ਦੇ ਵਿੱਚ 217 ਮਾਨਕ ਦੀ ਕਲੀ ਦੀਆਂ ਵੀ ਕੋਈ ਨਾ ਕੋਈ ਸੁਣਾ ਦਿੱਤਾ ਧਰਵਾਦੀ ਹੋਵਾਂਗੇ ਆਪਾਂ ਤਾਂ ਫਰਮਾਇਸ਼ ਕਰਨੀ ਆ ਕਿ ਇਹਨਾਂ ਦੀ ਮਰਜ਼ੀ ਹੈ ਬੱਬੂ ਚੰਦਨ ਕਮ ਔਨ ਹੈਲੋ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਗੱਲਾਂ ਬਹੁਤ ਬਾਹਲੀਆਂ ਨਹੀਂ ਕਰਨੀਆਂ ਕਿਉਂਕਿ ਟਾਈਮ ਬਹੁਤ ਥੋੜਾ ਗਾਉਣ ਵਾਲੇ ਹੋਰ ਵੀ ਬਹੁਤ ਹੈ ਵਿਚਾਰੇ ਬੈਠੇ ਸੋ ਸੁਣਾ ਹੈ ਇਸ ਮਹਿਫਿਲ ਮੇਂ ਬੜੇ ਬੜੇ ਕਲਾਕਾਰੋਂ ਕੀ ਸਵਾਰੀ ਆਈ ਹੈ ਸੁਣਾ ਹੈ ਇਸ ਮਹਿਫਿਲ ਮੇਂ ਬੜੇ ਬੜੇ ਕਲਾਕਾਰੋਂ ਕੀ ਸਵਾਰੀ ਆਈ ਹੈ ਜੀ ਉਹ ਬੀਬਾ ਜੀ ਨੇਕ ਬੰਦੇ ਆਪਣਾ ਕੰਮ ਕਰਨਗੇ ਕੁਝ ਕਰ ਗਏ ਅਬ ਇਸ ਗੁਨਾਹਗਾਰ ਕੀ ਵਾਰੀ ਆਈ ਹੈ ਸੁਣਾ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਫੇਰ ਇੱਕ ਵਾਰੀ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਆਪਣਾ ਗਾਣਾ ਲਿਆ ਸੀ ਡਿਮਾਂਡਾ ਬ੍ਰਿਟ ਏਸ਼ੀਆ ਤੇ ਚੱਲਦਾ ਰਿਹਾ ਜੀ ਚਲੋ ਬਿੱਤਰ ਤਾਂ ਹੋਈਆਂ ਨੀ ਪੂਰੀਆਂ ਟਰਾਈ ਕਰਦੇ ਆ ਜੇ ਤੁਹਾਡੇ ਤੋਂ ਹੋਈਆਂ ਹੋਣਗੀਆਂ ਡਿਮਾਂਡਾ ਮੈਂ ਜਾ ਆ ਟੌਂਚ ਨਵੀਂ ਸ਼ਾਪ ਖੁੱਲੀ ਆ ਆਈ ਐਮ ਸ਼ਾਪਿੰਗ ਬੈਜਾ ਆਈ ਐਮ ਸ਼ਾਪਿੰਗ ਚਲ ਠੀਕ ਆ ਮੈਂ ਵੀ ਨਹੀਂ ਜਾਣਾ ਪਾਰਟੀ ਤੇ ਮੇਰੇ ਬਿਨਾਂ ਕਿਹੜੀ ਪਾਰਟੀ